ਨਹੀਂ ਜੀ, ਪਹਿਲਾਂ ਤਾਂ ਮੇਰੀ ਗੱਲ ਸੁਣੋ, ਜਿਹੜੀ ਸਰਕਾਰ ਆ ਕਾਲਾ ਕਾਨੂੰਨ ਲੈ ਕੇ ਆਈ, ਬਹੁਤ ਕੜੀ ਨਿੰਦਾ 'ਚ ਇਹਦੀ ਸ਼ਬਦਾਂ 'ਚ ਅਸੀਂ ਨਿਖੇਧੀ ਕਰਦੇ ਹਾਂ। ਇਹੋ ਜਿਹਾ ਕਾਨੂੰਨ ਸਰਕਾਰ ਨੂੰ ਪਹਿਲਾਂ ਤਾਂ ਐਂ ਦੱਸੋ ਵੀ ਲਿਆਉਣੇ ਦੀ ਕਿਆ ਲੋੜ ਪੈ ਗਈ ਸੀ। ਦੂਜੀ ਗੱਲ, ਇੱਕ ਗੱਡੀ ਵਾਲਾ ਡਰਾਈਵਰ ਜਾ ਰਿਹਾ, ਵਿਚਾਰਾ ਮੂਹਰੇ ਕੁੱਤਾ ਵੀ ਆ ਜਾਵੇ, ਉਹ ਕੁੱਤੇ ਨੂੰ ਬਚਾਉਣ ਖਾਤਰ ਆਪਣੀ 40 ਲੱਖ ਦੀ ਗੱਡੀ ਭਰ ਲਊਗਾ, ਭੰਨ ਲਊਗਾ, ਉਹ ਬੰਦੇ ਦਾ ਨੁਕਸਾਨ ਕਿੱਥੇ ਕਰ ਦੂਗਾ ਜਿੰਦੀ? ਉਹ ਤਾਂ ਵਿਚਾਰਾ ਆਪ ਦਰਵੇਸ਼ ਹੈ, ਸਮਕੋ ਆਪ 24 ਘੰਟੇ ਗੱਡੀ ਚਲਾਉਂਦਾ, ਉਹਦੇ ਨਾਲ ਤਾਂ ਪਹਿਲਾਂ ਹੀ ਬਹੁਤ ਹੁੰਦਾ, ਲੋਕਾਂ ਦੀ 8-8 ਘੰਟੇ ਡਿਊਟੀ, ਉਹਦੀ 24 ਘੰਟੇ ਡਿਊਟੀ ਹੈ। ਵੀ ਇਹ ਸਰਕਾਰ ਨੂੰ ਸੋਚਣਾ ਤਾਂ ਚਾਹੀਦਾ ਤਾਂ ਵੀ ਇਹ ਕਰਨ ਕਿਆ ਲੱਗੀ। ਦੇਖੋ, ਜਿੰਨੀ ਢੋ ਢੁਆਈ ਮਾਲ ਦੀ ਟਰੱਕ ਟਰੈਵਲ ਕਰਦੇ ਹਿੰਦੁਸਤਾਨ 'ਚ, ਪਹਿਲਾ ਨੰਬਰ ਹੈ, ਰੇਲਵੇ ਨੂੰ ਛੱਡ ਦਿਉ, ਸਭ ਨੂੰ ਛੱਡ ਦਿਉ, ਸਾਰੇ ਹਿੰਦੁਸਤਾਨ ਦੀ ਗੱਡੀ ਖੜ੍ਹ ਜਾਵਾ, ਹੁਣੀ ਹਿੰਦੁਸਤਾਨ ਉੱਪਰ ਆਜੂਗਾ, ਇਹ ਤਾਂ ਬਹੁਤ ਤਕੜਾ ਹੋ ਪੈ ਜੂਗਾ ਫੈਕਟ ਹਿੰਦੁਸਤਾਨ 'ਚ। ਇਹ ਸਰਕਾਰ ਨੂੰ ਤਾਂ ਟਰਾਂਸਪੋਰਟ ਨੂੰ ਗੈਲ ਲੈ ਕੇ ਚੱਲਣਾ ਚਾਹੀਦਾ ਤਾ ਜੀ, ਕਿੱਥਾਂ ਉਹਨਾਂ ਨੂੰ ਬੰਦ ਲੱਗੀ ਵੀ, ਇਹਦਾ ਧੰਦਾ ਪਹਿਲਾਂ ਹੀ ਫੈਲੇ, ਪਹਿਲੀ ਬਹੁਤ ਵਿਚਾਰਾ ਔਖੇ ਹੋਏ ਵੇ, ਇਹ ਕਾਨੂੰਨ ਲਿਆਉਣ ਕਾ ਹੋਰ ਬੋਝ ਪਾ ਤਿਆ, ਹੋਰ ਲੱਕ ਤੋੜਤਿਆ। ਮਤਲਬ ਤੁਸੀਂ ਹੁਣ ਕੀ ਮੰਗ ਕਰਦੇ ਨੂੰ ਵਾਪਸ ਹੋਣਾ ਚਾਹੀਦਾ? ਨਹੀਂ, ਵਾਪਸ ਹੋਣਾ ਚਾਹੀਦਾ, ਸਮਕੋ ਹੋਰ ਸੋਧ ਕਰਨੀ ਚਾਹੀਦੀ, ਜਿਹੜੇ ਹੋਰ ਵੀ ਪਹਿਲਾਂ ਬੀਮੇ ਦਿੰਦੇ, ਇੰਸ਼ੋਰਾਂ ਦਿੰਦੇ, ਪਹਿਲਾਂ ਤਾਂ ਟੂਲ ਲਾਤਿਆ, ਡੀਜ਼ਲ ਕੀਤਾ, ਇੱਕ ਭਾੜੇ ਉਹੀ 20 ਸਾਲ ਪਹਿਲੇ ਹੈ, ਬੁਰਾ ਹਾਲ ਵਿਚਾਰਿਆਂ ਦਾ, ਇਹਨਾਂ ਦਾ ਪਹਿਲਾਂ ਹੀ ਕਿਨਾਰੇ ਪਰ ਧੰਦਾ ਆਇਆ।